ਪੱਪੀ ਜੀ ਕਿੰਨੇ ਕੁ ਵਜੇ ਦੀ ਇਹ ਗੱਲ ਹੈ ਤੁਸੀਂ ਕੀ ਦੇਖਿਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਢੇ ਕੁ ਦਸ ਵਜੇ ਦੇ ਕਰੀਬ ਮੇਰੇ ਕੋਲ ਇੱਕ ਉਸ ਮੁਹੱਲੇ ਦਾ ਇੱਕ ਬੰਦਾ ਆਇਆ ਉਹਨੇ ਆ ਕੇ ਮੈਨੂੰ ਦੱਸਿਆ ਕਿ ਇੱਥੇ ਨਾ ਉਹਨਾਂ ਦੇ ਮੁਹੱਲੇ 'ਚ ਆਪਣਾ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਕਿਸੇ ਨੇ ਗੇਰੇ ਹੋਏ ਆ ਅਤੇ ਤੁਸੀਂ ਪਲੀਜ਼ ਆ ਕੇ ਦੇਖੋ ਉਹਨਾਂ ਨੂੰ ਚਲੋ ਮੈਂ ਜਦੋਂ ਜਾ ਕੇ ਉੱਥੇ ਦੇਖਿਆ ਤਾਂ ਬੜਾ ਰੋਣਾ ਵੀ ਨਿਕਲਿਆ ਮਨ ਬੜਾ ਦੁਖੀ ਹੋਇਆ ਕਿ ਉਹਨਾਂ ਨੇ ਜਿਸ ਨੇ ਕਿਸੇ ਨੇ ਵੀ ਬੇਅਦਬੀ ਕਰੀ ਹੈ ਉਹ ਦੱਸਣ ਯੋਗ ਵੀ ਨਹੀਂ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਬੇਅਦਬੀ ਕਰੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਅੰਗ ਫਾੜੇ ਮਹਾਰਾਜ ਦੀ ਅੱਠਵੀਂ ਅਸ਼ਟਪਦੀ ਦੇ ਬ੍ਰਹਮਗਿਆਨੀ ਵਾਲੀ ਅਸ਼ਟਪਦੀ ਹੈ ਜੋ ਉਹਦੇ ਅੰਗ ਫਾੜ ਕੇ ਉਹਨਾਂ ਨੇ ਇੰਨਾ ਭੈੜਾ ਕੁਕਰਮ ਕਰਿਆ ਕਿ ਵਿੱਚ ਲਪੇਟ ਕੇ ਉਹਨਾਂ ਨੇ ਫਿਰ ਉੱਥੇ ਸੁੱਟੇ ਹੋਏ ਸੀ ਦੇ ਵਿੱਚ ਜੇ ਮਹਾਰਾਜ ਦੇ ਅੰਗ ਹੈ ਜਿਹੜੇ ਉਹ ਪਾੜ ਕੇ ਉਹਨਾਂ ਨੇ ਸੁੱਟੇ ਹੋਏ ਅਤੇ ਹੋਰ ਵੀ ਕਈ ਅੰਗ ਸੀ ਜਿਹੜੇ ਉਹਨਾਂ ਨੇ ਛੋਟੇ ਛੋਟੇ ਗੋਲ ਗੋਲ ਰੋਲ ਜੇ ਬਣਾ ਕੇ ਉੱਥੇ ਸੁੱਟੇ ਹੋਏ ਸੀ ਅਤੇ ਉਸ ਤੋਂ ਬਾਅਦ ਮੈਂ ਸੰਗਤ ਨੂੰ ਚਲੋ ਫਿਰ ਫੋਨ ਕਰਿਆ ਸੰਗਤ ਇਕੱਠੀ ਹੋਈ ਸੰਗਤ ਨੇ ਇਕੱਠੀ ਹੋ ਕੇ ਬੜਾ ਰੋਸ਼ ਕਰਿਆ ਐਸ ਐਚ ਓ ਸਾਹਿਬ ਆਏ ਫਿਰ ਉੱਥੇ ਮੌਕੇ 'ਤੇ ਪੁਲਿਸ ਪਹੁੰਚੀ ਹੈ ਐਸ ਐਚ ਓ ਸਾਹਿਬ ਜਦੋਂ ਆ ਗਏ ਸੀ ਉਹਨਾਂ ਨੇ ਮੌਕਾ ਦੇਖਿਆ ਐਸ ਐਸ ਪੀ ਸਾਹਿਬ ਵੀ ਆਏ ਆ ਉੱਥੇ ਦੇਖੋ ਹੁਣ ਫਿਰ ਅੱਗੇ ਕਾਨੂੰਨੀ ਕਾਰਵਾਈ ਜੋ ਹੈਗੀ ਉਹ ਹੁਣ ਤੱਕ ਕੋਈ ਇਨਵੈਸਟੀਗੇਸ਼ਨ ਚ ਕੋਈ ਪਤਾ ਲੱਗਿਆ ਹੋਵੇ ਸੀਸੀਟੀਵੀ ਕੈਮਰਾ ਵਗੈਰਾ ਕਿਉਂਕਿ ਇਹ ਪੂਰਾ ਗਲੀ ਜੀ ਹੈਗੀ ਹੈ ਜਿੱਦਾਂ ਦੇਖਿਆ ਜਾਵੇ ਦੇਖੋ ਜਿਹੜੇ ਕੈਮਰੇ ਲੱਗੇ ਹੋਏ ਦੋ ਕੈਮਰੇ ਲੱਗੇ ਹੋਏ ਆ ਜੀ ਜੇ ਉਹਨਾਂ ਦੇ ਘਰ ਵਾਲਿਆਂ ਨੂੰ ਅਸੀਂ ਜਾ ਕੇ ਪੁੱਛਦੇ ਹਾਂ ਉਹ ਸਾਨੂੰ ਕਹਿੰਦੇ ਨੇ ਜੀ ਇਹ ਤਾਂ ਬੰਦ ਪਏ ਆ ਪਰ ਉਹ ਐਸ ਐਚ ਓ ਸਾਹਿਬ ਨੇ ਜਦੋਂ ਜਾ ਕੇ ਪੁੱਛਿਆ ਤਾਂ ਉਹ ਕਹਿੰਦੇ ਜੀ ਅਸੀਂ ਖੋਲ੍ਹ ਕੇ ਤੁਹਾਨੂੰ ਦਿਖਾ ਦਿੰਦੇ ਜਦੋਂ ਮਰਜ਼ੀ ਤੁਸੀਂ ਆ ਕੇ ਚੈੱਕ ਕਰ ਲਓ ਇਹਨਾਂ ਨੂੰ ਅਤੇ ਉਹ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਹੀ ਪਤਾ ਲੱਗੇਗਾ ਜਦੋਂ ਉਹ ਚੈੱਕ ਕਰਨਗੇ ਵੀ ਕਿਆ ਅੱਗੇ ਹੈ ਕਿਆ ਨਹੀਂ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਭਾਅ ਜੀ ਕਿਉਂਕਿ ਤੁਸੀਂ ਸਾਰੇ ਨਾਲ ਸੀਗੇ ਕੀ ਲੱਗ ਰਿਹਾ ਤੁਹਾਨੂੰ ਕਿ ਕਿਸੇ ਦੀ ਸਾਜ਼ਿਸ਼ ਹੈ ਇਹ ਸਾਜ਼ਿਸ਼ ਹੀ ਹੈ ਜੀ ਕਿਸੇ ਨੇ ਜਾਣ ਬੁੱਝ ਕੇ ਕੀਤਾ ਜੀ ਗਲਤ ਮੰਤਰਾਂ ਨਾਲ ਕੀਤਾ ਗਿਆ ਜੀ ਹੁਣ ਤੁਸੀਂ ਸਾਰੇ ਹਾਂਜੀ ਹਾਂਜੀ ਉਹ ਗਲਤ ਹਰਕਤ ਗੱਲ ਗਿਰੇ ਹੋਏ ਭੇਟ ਕੇ ਇਸ ਤਰ੍ਹਾਂ ਗਿਰੇ ਹੋਏ ਜਿਹੜੀ ਚੀਜ਼ ਆਪਾਂ ਹੁਣ ਕਹਿ ਵੀ ਨਹੀਂ ਸਕਦੇ ਉਹ ਇਸ ਤਰ੍ਹਾਂ ਦਾ ਕਰਕੇ ਗਿਰੇ ਹੋਏ ਕਿਸੇ ਨੇ ਜਾਣ ਕੇ ਹੀ ਇਹ ਕਰਿਆ ਇਸ ਤਰ੍ਹਾਂ ਦਾ ਕੰਮ ਜਾਣ ਬੁੱਝ ਕੇ ਹੀ ਹਾਂਜੀ ਚਲੋ ਪੁਲਿਸ ਵਗੈਰਾ ਪਾਰਟੀ ਤਾਂ ਪਹੁੰਚੀ ਸੀ ਸਰ ਇੱਥੇ ਹਾਂਜੀ ਪਹੁੰਚੀ ਸੀ ਡੀਐਸਪੀ ਸਾਹਿਬ ਵੀ ਪਹੁੰਚੇ ਸੀ ਤੇ ਉਹ ਕਰ ਰਹੇ ਨੇ ਇਨਕੁਆਇਰੀ ਜਦੋਂ ਕਿ ਮਕਾਨ 'ਚ ਡੀਵੀਆਰ ਲੱਗਿਆ ਹੋਇਆ ਉਹ 'ਚ ਤੇ ਉਹਨਾਂ ਨੂੰ ਮਿਲਾਇਆ ਮਕਾਨ ਮਾਲਕ ਨੂੰ ਤੇ ਉਹ ਕਹਿੰਦੇ ਆ ਕੇ ਅਸੀਂ ਜਦੋਂ ਆਉਂਦੇ ਫਿਰ ਕਰਵਾਉਂਦੇ ਪ੍ਰੋਵਾਈਡ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਜਾਂ ਇਸ ਤਰ੍ਹਾਂ ਦੀ ਨਹੀਂ ਇਸ ਤੋਂ ਪਹਿਲਾਂ ਤਾਂ ਕੋਈ ਨਹੀਂ ਹੋਈ ਜੀ ਉਸ ਤੋਂ ਪਹਿਲਾਂ ਕੋਈ ਨਹੀਂ ਹੋਈ ਪਹਿਲਾਂ ਹੋਈ ਹਾਂਜੀ ਪੱਪੀ ਜੀ ਹੁਣ ਕਿਉਂਕਿ ਇਹ ਚੀਜ਼ਾਂ ਜਿਹੜੀ ਹੈਗੀ ਹੈ ਹੋ ਵੀ ਸਕਦੀ ਸਾਜ਼ਿਸ਼ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਇਹ ਸਾਰੀ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਪੁਲਿਸ ਪਾਰਟੀ ਮੰਗ ਅਸੀਂ ਇਹੀ ਕਰ ਰਹੇ ਹਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਨੇ ਵੀ ਇਹ ਕਾਰਵਾਈ ਕਰੀ ਹੈ ਇੰਨੀ ਨਿੰਦਣਯੋਗ ਹਰਕਤ ਕਰੀ ਹੈ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਦੇਖੋ ਗੁਰੂ ਘਰ ਇੱਕ ਗੁਰਦੁਆਰਾ ਸਾਹਿਬ ਇੱਕ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਹ ਸਾਂਝੀਵਾਲਤਾ ਦਾ ਉਪਦੇਸ਼ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਮਹਾਰਾਜ ਦੀ ਗੁਟਕਾ ਸਾਹਿਬ ਦੀ ਬੇਅਦਬੀ ਦੇ ਅਸੀਂ ਰੋਸ਼ ਕਰ ਰਹੇ ਹਾਂ ਅਸੀਂ ਕੋਈ ਮੰਦਰ ਦੇ ਵਿੱਚ ਕੋਈ ਬੇਅਦਬੀ ਹੁੰਦੀ ਅਸੀਂ ਉਹਦਾ ਵੀ ਰੋਸ਼ ਕਰਾਂਗੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਇਸ ਕਰਕੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਜੋ ਵੀ ਇਹ ਨਿੰਦਣਯੋਗ ਘਟਨਾ ਹੋਈ ਹੈ ਇਹਦੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੀ ਜਾਵੇ ਸਖ਼ਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਲੇਕਿਨ ਇੱਕ ਗੱਲ ਹੋਰ ਹੈ ਭਾਜੀ ਕਿਉਂਕਿ ਕਾਫੀ ਪਾਪੂਲੇਟਿਡ ਏਰੀਆ ਹੈ ਜੀ ਆਪਾਂ ਨਿਆ ਗਾਉਂ ਦੀ ਗੱਲ ਹਾਂਜੀ ਹਾਂਜੀ ਉਰੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਫਸਟ ਟਾਈਮ ਇਹ ਚੀਜ਼ ਹੋਈ ਹੈ ਕਦੇ ਪਹਿਲਾਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਈ ਕਾਫੀ ਕਹਿ ਸਕਦੇ ਹਾਂ ਕਿ ਸਿਚੁਏਸ਼ਨ ਜਿਹੜੀ ਚੀਜ਼ਾਂ ਨੂੰ ਲੈ ਕੇ ਹੁਣ ਅੱਗੇ ਜਿਹੜੀ ਹੈਗੀ ਮੰਗ ਕੀਤੀ ਜਾ ਰਹੀ ਹੈ ਹੁਣ ਅੱਗੇ ਦਾ ਕੀ ਹੁਣ ਤੁਸੀਂ ਕਰ ਰਹੇ ਹੋ ਹਾਲਾਂਕਿ ਪੁਲਿਸ ਨੂੰ ਤਾਂ ਤੁਸੀਂ ਦਿੱਤਾ ਦੇਖੋ ਸਭ ਤੋਂ ਪਹਿਲਾਂ ਤਾਂ ਹੁਣ ਜਿਹੜੇ ਮਹਾਰਾਜ ਦੇ ਅੰਗ ਹੈਗੇ ਜਿਹਨਾਂ ਦੀ ਬੇਅਦਬੀ ਹੋਈ ਹੈ ਉਹਨਾਂ ਨੂੰ ਸੰਗਤ ਇਕੱਠੀ ਹੋ ਰਹੀ ਹੈ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਉਸ ਤੋਂ ਬਾਅਦ ਜੋ ਹੈ ਮਹਾਰਾਜ ਦੇ ਅੰਗਾਂ ਦਾ ਸੰਸਕਾਰ ਕਰਿਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਸੰਗਤ ਜੋ ਵੀ ਆਪਣਾ ਰੋਸ ਪ੍ਰਗਟ ਕਰੇਗੀ ਉਸ ਤੋਂ ਬਾਅਦ ਆਪਾਂ ਪੁਲਿਸ ਵਾਲਿਆਂ ਦੇ ਕਾਨੂੰਨ 'ਤੇ ਆਪਾਂ ਦੇਖਾਂਗੇ ਕਿਆ ਕਾਨੂੰਨ ਕਿਆ ਕਾਰਵਾਈ ਕਰਦਾ ਹੈ ਕਿਉਂਕਿ ਕਾਨੂੰਨ ਨੇ ਹੀ ਕਾਰਵਾਈ ਕਰਨੀ ਅਸੀਂ ਕਾਨੂੰਨ ਦੇ ਕਾਰਨ ਅਨੁਸਾਰ ਹੀ ਕਾਰਵਾਈ ਚਾਹੁੰਦੇ ਹਾਂ ਵੀ ਜੋ ਵੀ ਹੋਏ ਠੀਕ ਹੈ ਕਿਉਂਕਿ ਬਿਲਕੁਲ ਬੜੀ ਮੰਦਭਾਗੀ ਇਹ ਸਾਰੀ ਚੀਜ਼ਾਂ ਹੋਈ ਆ ਔਰ ਕਾਫੀ ਦਿਲ ਵੀ ਇੱਥੇ ਦੁਖੀ ਹੋਇਆ ਸਾਰੀ ਸੰਗਤ ਇੱਥੇ ਪਹੁੰਚ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਆਖਿਰ ਕਿਸ ਨੇ ਕੀਤੀ ਹੈ ਸਾਜ਼ਿਸ਼ ਹੈ ਜਾਂ ਕਿਸ ਤਰ੍ਹਾਂ ਦੀ ਸਾਰੀ ਗੜੀ ਹੋਈ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਔਰ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਸੀ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਆਖਿਰ ਇਹ ਕਿਹਦੀ ਸੀ ਹਾਲਾਂਕਿ ਪੁਲਿਸ ਨੇ ਕਾਫੀ ਕੋਆਪਰੇਟ ਕੀਤਾ ਜਿਹੜਾ ਇਹਨਾਂ ਵੱਲੋਂ ਦੱਸਿਆ ਗਿਆ ਨਾਲ ਦੇ ਨਾਲ ਪੁਲਿਸ ਦੇ ਅਫਸਰ ਵੀ ਪਹੁੰਚ ਚੁੱਕੇ ਸੀਗੇ ਇੱਥੇ ਅਧਿਕਾਰੀ ਪਹੁੰਚੇ ਸੀ ਏਸੀਪੀ ਜੈਂਦਪੁਰੀ ਇੱਥੇ ਪਹੁੰਚੇ ਸੀ ਐਸਐਚਓ ਥਾਣਾ ਹੋਰ ਵੀ ਪੁਲਿਸ ਅਧਿਕਾਰੀ ਪਹੁੰਚੇ ਸੀ ਮਕਸਦ ਇਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗਲਤ ਚੀਜ਼ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਧਰਮ ਦੇ ਖਿਲਾਫ ਜਾਂ ਧਰਮ ਦੇ ਅਗੇਂਸਟ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਜਾਂ ਕਿਸੇ ਦਾ ਦਿਲ ਨਾ ਦੁਖੇ ਬਹੁਤ ਇੰਪੋਰਟੈਂਟ ਹੋ ਜਾਂਦਾ ਬਹੁਤ ਅਹਿਮ ਹੋ ਜਾਂਦਾ ਇਸ ਕਰਕੇ ਪੂਰਾ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੈ ਉਹਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਇਹ ਅੱਜ ਤਕਰੀਬਨ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਨਵੇਂ ਗਰਾਊਂਡ ਦੇ ਆਦਰਸ਼ ਏਰੀਆ ਦੇ ਵਿੱਚ
कोई अपना बेहद भी साड़ी नॉलेज चाहिए जे जो असी तुरंत सारे सीनियर ऑफिसर्स इंक्लूडिंग सारी जिनी भी एजेंसीज जिले दियां हैगियां ने उन्हां नूं असी एक्टिवेट कीता एक्टिवेट करके असी मौके ते आके ते जिन्ना भी टेक्निकली असी उन्हों एनालाइज करना सीगा ਜਿਵੇਂ ਕਿ ਸੀਸੀਟੀਵੀ ਕੈਮਰਾਜ਼ ਕੋਈ ਆਸੇ ਪਾਸੇ ਉਹ ਅਸੀਂ ਸਾਰਾ ਉਹਨੂੰ ਅਮਲ ਚ ਲਿਆਤਾ ਸੀਗਾ ਜੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਹੋਵੇ ਸਾਡੇ ਕੋਲ ਕਾਫੀ ਇਹਦੇ ਚ ਲੀਡਸ ਹੈਗੀਆਂ ਨੇ ਤੇ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਹੋਪਫੁਲੀ ਅਸੀਂ ਇਹਨੂੰ ਛੇਤੀ ਟਰੇਸ ਕਰਨ ਚ ਕਰ ਮਾਮਲਾ ਦਰਜ ਕਰ ਲਿਆ ਸੀ ਮਾਮਲਾ ਇਹਦੇ ਚ ਦਰਜ ਕਰ ਲਿਆ ਸੀਗਾ ਤੇ ਐਫ ਆਈ ਆਰ ਲੌਜ ਹੋ ਗਈ ਠੀਕ ਹੈ ਹੁਣ ਤੱਕ ਦੀ ਜਿਹੜੀ ਲੋਕਾਂ ਨਾਲ ਗੱਲਬਾਤ ਕੀਤੀ ਸੰਗਤ ਨਾਲ ਗੱਲਬਾਤ ਕੀਤੀ ਸੈਟੀਸਫਾਈ ਨਹੀਂ ਕਿਉਂਕਿ ਪੁਲਿਸ ਦਾ ਐਕਸ਼ਨ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਮੈਂ ਨਵਾਂਗਾਉਂ ਦੇ ਜਿਹੜੇ ਵਾਸੀ ਹੈਗੇ ਨੇ ਸਾਰੇ ਜਿਹੜੇ ਇੱਥੋਂ ਦੇ ਜਥੇਬੰਦੀਆਂ ਨੇ ਉਹਨਾਂ ਨਾਲ ਮੈਂ ਆਪ ਉਹਨਾਂ ਨਾਲ ਰਾਬਤਾ ਕੀਤਾ ਸਾਡੇ ਏਐਸਪੀ ਸਾਹਿਬ ਨੇ ਰਾਬਤਾ ਕੀਤਾ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਜਿਹੜੀ ਆਪਣਾ ਸਿਚੁਏਸ਼ਨ ਹੈਗੀ ਆ ਅਮਨ ਕਾਨੂੰਨ ਜਿਹੜਾ ਹੈਗਾ ਉਹ ਅਸੀਂ ਮਤਲਬ ਬਰਕਰਾਰ ਰੱਖਿਆ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਸਾਰੇ ਤੇ ਇਸੇ ਤਰੀਕੇ ਨਾਲ ਮੈਂ ਇਹ ਅਪੀਲ ਵੀ ਕਰਦਾ ਕਿ ਅੱਗੇ ਵੀ ਅਸੀਂ ਮਤਲਬ ਪੂਰੀ ਨਿਸ਼ਠਾ ਦੇ ਨਾਲ ਇਸ ਮੁਕਦਮੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਨਾਲ ਜਿੰਨਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਏ ਤੇ ਪਲੱਸ ਅਮਨ ਜਿਹੜਾ ਕਾਨੂੰਨ ਹੈ ਸ਼ਾਂਤੀ ਹੈ ਉਹ ਬਰਕਰਾਰ ਰੱਖਣ ਚ ਸਾਡੀ ਸਹਾਇਤਾ ਕੀਤੀ ਪਟਵਾਲ ਸਾਹਿਬ ਏਜੰਸੀ ਦੀ ਤੁਸੀਂ ਗੱਲ ਕੀਤੀ ਪੂਰੀ ਟੀਮਾਂ ਜਿਹੜੀ ਹੈ ਉਹ ਲਾਈ ਗਈ ਹੈ ਪੂਰਾ ਇਨਵੈਸਟੀਗੇਸ਼ਨ ਕਰ ਟੋਟਲ ਅੰਡਰ ਦੀ ਸੁਪਰਵਿਜ਼ਨ ਆਫ ਐਸਐਸਪੀ ਸਾਹਿਬ ਦੀਪਕ ਪਾਰਕ ਸਾਹਿਬ ਜਿੰਨੀ ਵੀ ਏਜੰਸੀਜ਼ ਹੈਗੀਆਂ ਨੇ ਉਹ ਉਹਨਾਂ ਨੇ ਆਪ ਹੀ ਐਕਟੀਵੇਟ ਕਰਕੇ ਤੇ ਸਾਨੂੰ ਜਿੱਥੋਂ ਜਿੱਥੋਂ ਵੀ ਸਾਨੂੰ ਕੋਈ ਸਹਾਇਤਾ ਦੀ ਲੋੜ ਪੈ ਰਹੀ ਹੈ ਈਵਨ ਸੀਨੀਅਰ ਆਫਿਸਰਸ ਵੀ ਜਿਹੜੇ ਨੇ ਉਹ ਸਾਨੂੰ ਪੂਰਾ ਇਹਦੇ ਚ ਸਹਿਯੋਗ ਦੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਸਿਚੁਏਸ਼ਨ ਇਜ਼ ਟੋਟਲੀ ਅੰਡਰ ਕੰਟਰੋਲ ਹੈ ਜੀ ਓਕੇ ਤੇ ਇਹਦੇ ਵਿੱਚ ਮੈਂ ਫੇਰ ਇਹੀ ਗੱਲ ਕਰਾਂਗਾ ਕਿ ਜਿਹੜੇ ਲੋਕਲ ਇੱਥੋਂ ਦੇ ਨਿਵਾਸੀ ਨੇ ਉਹਨਾਂ ਦਾ ਮੈਂ ਬਹੁਤ ਉਹਨਾਂ ਦਾ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਇਸ਼ੂ ਨੂੰ ਠੱਲ ਪਾਉਣ ਚ ਸਾਡੀ ਬਹੁਤ ਸਹਿਯੋਗ ਕੀਤਾ।